ਓਨਟਾਰੀਓ ਦੇ ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਪ੍ਰੋਵਿੰਸ ਵੀ ਫੈਡਰਲ ਸਰਕਾਰ ਦੇ ਨਾਲ ਚਾਈਲਡ ਕੇਅਰ ਡੀਲ ਚਾਹੁੰਦੀ ਹੈ ਪਰ ਹਾਲ ਦੀ ਘੜੀ ਹੋਰ ਪੈਸਿਆਂ ਦੇ ਲਈ ਗੱਲਬਾਤ ਕੀਤੀ ਜਾ ਰਹੀ ਹੈ ਸਟੀਫਨ ਲੇਚੇ ਨੇ ਆਖਿਆ ਹੈ ਕਿ ਆਟਵਾ ਓਨਟਾਰੀਓ ਦੀ ਚਾਈਲਡ ਕੇਅਰ ਕੋਸਟ ਦਾ 2.5% ਦਾ ਯੋਗਦਾਨ ਬੋਂਦਾ ਹੈ ਪਰ ਉਹ ਸਤੋਂ ਕਿਤੇ ਜ਼ਿਆਦਾ ਕਰ ਸਕਦੇ ਨੇ ਉਹਨਾਂ ਇਹ ਵੀ ਆਖਿਆ ਹੈ ਕਿ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਪ੍ਰੋਵਿੰਸ਼ੀਅਲ ਸਰਕਾਰ ਅਖੀਰ ਦੇ ਵਿੱਚ ਫੈਡਰਲ ਸਰਕਾਰ ਦੇ ਨਾਲ ਸਾਰੀਆਂ ਸ਼ਰਤਾਂ ਦੇ ਉੱਤੇ ਰਾਜ਼ੀ ਹੋ ਜਾਏਗੀ ਸੋਮਵਾਰ ਨੂੰ ਕਿਨਸਪਾਰਕ ਦੇ ਵਿਸ਼ਲੇਸ਼ਣ ਨੇ ਆਖਿਆ ਹੈ ਕਿ ਅਸੀਂ ਜਾਣਦੇ ਹਾਂ ਕਿ ਅਸੀਂ ਲਿਬਰਲਸ ਤੇ ਐਨਡੀਪੀ ਤੋਂ ਬਿਹਤਰ ਕਰ ਸਕਦੇ ਹਾਂ ਅਸੀਂ ਇਹ ਵੀ ਜਾਣਦੇ ਹਾਂ ਕਿ ਅਸੀਂ ਆਪਣੇ ਮਿਆਰ ਕਾਫੀ ਉੱਚੇ ਸੈੱਟ ਕੀਤੇ ਨੇ ਸਾਨੂੰ ਇਹ ਵੀ ਪਤਾ ਹੈ ਕਿ ਫੈਡਰਲ ਸਰਕਾਰ ਆਪਣਾ ਬਣਦਾ ਹਿੱਸਾ ਜਿਹੜਾ ਹੈ ਉਹ ਅਦਾ ਨਹੀਂ ਕਰ ਰਹੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਤੇ ਅਲਬੇਟ ਦੇ ਪ੍ਰੀਮੀਅਰ ਜਸਨ ਕੇਨੀ ਦੇ ਵੱਲੋਂ ਆ ਚਾਈਲਡ ਕੇਅਰ ਡੀਲ ਦਾ ਐਲਾਨ ਕੀਤਾ ਜਿਹੜਾ ਉਹ ਸਬੰਧੀ ਜਾਣਕਾਰੀ ਦਿੱਤੀ ਗਈ ਔਰ ਇਸ ਦੇ ਨਾਲ ਸਿਰਫ অন্ਟੈਰੀਓ ਹੀ ਅਜਿਹਾ ਪ੍ਰੋਵਿੰਸ ਰਹਿ ਜਾਏਗਾ ਜਿਸਨੇ ਫੈਡਰਲ ਸਰਕਾਰ ਦੇ ਨਾਲ ਚਾਈਲਡ ਕੇਅਰ ਡੀਲ ਸਿਰੇ ਨਹੀਂ ਚੜਾਈ ਹੋਵੇਗੀ ਲੇਸ਼ ਨੇ ਆਖਿਆ ਕਿ ਉਹ ਵੀ ਜਲਦੀ ਇਹ ਚਾਈਲਡ ਕੇਅਰ ਡੀਲ ਕਰਨਗੇ ਪਰ ਉਹ ਚਾਹੁੰਦੇ ਨੇ ਕਿ ਇਹ ਡੀਲ ਫਲੈਕਸੀਬਲ ਤੇ ਲੰਮੇ ਸਮੇਂ ਤੱਕ ਚੱਲਣ ਵਾਲੀ ਡੀਲ ਹੋਵੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ